ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਪਹਿਲਾਂ ਤੁਸੀਂ ਫੇਸ ਨਹੀਂ ਆਪਦੇ ਜਿਹੜੇ ਢੱਕੇ ਹੋਏਗੇ ਤੇ ਸਾਫ ਹੀ ਬੰਨਿਓ ਗਰਮੀ ਤੋਂ। ਲਓ ਇਹ ਗਰਮੀ ਕਰਕੇ ਦੇ ਰਹੇ ਤੁਹਾਨੂੰ, ਇਹ ਤੁਹਾਨੂੰ ਫੇਸ ਕਵਰ ਕਰਨ ਵਾਸਤੇ ਗਰਮੀ ਤੋਂ। ਹਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅਸੀਂ ਆਏ ਹਾਂ ਜੀ ਅੱਜ ਆਪਣੇ ਖੇਤ ਤੇ ਲੇਬਰ ਭਰਾ ਜਿਹੜੇ ਭੈਣਾਂ ਨੇ ਜਿਹੜੇ ਕਿ ਲਾ ਰਹੇ ਨੇ ਝੋਨਾ, ਤੇ ਇੰਨੀ ਤਪਦੀ ਗਰਮੀ ਦੇ ਵਿੱਚ ਬਹੁਤ ਔਖਾ ਹੈ ਇਹ ਕੰਮ ਕਰਨਾ, ਕਿਉਂਕਿ ਆਪਾਂ ਤਾਂ ਵੈਸੇ ਇੱਥੇ ਧੁੱਪ ਦੇ ਵਿੱਚ ਖੜੇ ਹਾਂ ਤਾਂ ਇੰਨੀ ਗਰਮੀ ਲੱਗੀ ਜਾਂਦੀ। ਦੋਸਤੋ ਮੇਰੇ ਤਾਂ ਜਿਹੜੇ ਕਿ ਪੈਰ ਤਪ ਗਿਆ, ਰੇਤ ਵੇਖੋ ਕਿੰਨੀ ਗਰਮ ਆ, ਤੇ ਇਹ ਜਿਹੜੇ ਕਿ ਹਨਾ ਭੈਣ ਭਰਾ ਵੇਖੋ ਝੋਨਾ ਲਾ ਰਹੇ ਆ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਕਿੰਨੀ ਗਰਮੀ ਲੱਗ ਰਹੀ ਹੈ? ਬਹੁਤ ਜ਼ਿਆਦਾ, ਰੇਤਾ ਬਹੁਤ ਤਪੀ ਜਾਂਦਾ ਨਾ। ਝੋਨਾ ਲਾਉਂਦੇ ਮਤਲਬ ਕਿ ਸੋਹਣੇ ਲੱਗਦੇ ਆ, ਸਹੀ ਗੱਲ ਹੈ, ਪਰ ਮਤਲਬ ਕਿ ਲਾਉਣਾ ਔਖਾ ਬਹੁਤ ਲੱਗਦਾ। ਹਾਂਜੀ, ਤੇ ਸੋ ਇਹਨਾਂ ਮਜ਼ਦੂਰ ਭਰਾਵਾਂ ਦਾ ਵੀ ਪਿਆਰ ਜਿਹੜਾ ਕਿ ਸਤਿਕਾਰ ਪੂਰਾ ਕਰਨਾ ਚਾਹੀਦਾ, ਤੇ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਅਸੀਂ ਤੇ ਹਰ ਵਾਰੀ ਕਰਦੇ ਹਾਂ। ਹਾਂਜੀ, ਤੇ ਕਈਆਂ ਨੂੰ ਲੱਗੂਗਾ ਵੀ ਸਟੰਟ ਕਰਦੇ ਆ, ਤੇ ਕਈਆਂ ਨੂੰ ਲੱਗੂਗਾ ਵੀ ਵਿਊ ਲੈਣ ਦੀ ਖਾਤਰ ਕਰਦੇ ਆ ਜਾਂ ਕੁਛ ਵੀ, ਚਲੋ ਜਿਵੇਂ ਵੀ ਹਨਾ, ਅਲੱਗ ਅਲੱਗ ਸੋਚ ਹੁੰਦੀ ਆ ਸਭ ਦੀ। ਤੇ ਬਾਕੀ ਦੋਸਤੋ ਤੁਸੀਂ ਸਾਡਾ ਪਿੰਡ 'ਚ ਵੀ ਆ ਕੇ ਪਤਾ ਕਰ ਸਕਦੇ ਹੋ ਵੀ ਅਸੀਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ। ਹਾਂਜੀ, ਤੇ ਗਰਮੀ ਕਰਕੇ ਦੇ ਰਹੇ ਤੁਹਾਨੂੰ, ਇਹ ਤੁਹਾਨੂੰ ਫੇਸ ਕਵਰ ਕਰਨ ਵਾਸਤੇ ਗਰਮੀ ਤੋਂ। ਹਲੋ, ਜੇ ਇੱਕ ਦੂਜੇ ਨਾਲ ਵਟਾਉਣੀਆਂ ਹੋਈਆਂ ਤਾਂ ਬਾਅਦ 'ਚ ਵਟਾ ਲਿਓ। ਹਲੋ, ਹਲੋ, ਉੱਥੇ ਵੀ ਹੈਗੇ ਨੇ, ਇੱਥੇ ਕਿੰਨੇ ਹੋ? ਉੱਥੇ ਤਾਂ ਅਸੀਂ ਦੇ ਆਵਾਂਗੇ ਬਾਅਦ ਚ, ਹੁਣ ਚਾਰ ਹੋ? ਆਲੂ ਚਾਰ ਹੋ ਗਏ। ਲਓ ਆਲੂ ਸਮੋਸੇ ਲੱਡੂ ਖਾਓ, ਤੇ ਪਾਣੀ ਤੁਹਾਨੂੰ ਦੇ ਦਿੰਦੀ। ਭਾਂਡੇ ਆ ਗਏ ਤੁਹਾਡੇ? ਉਹ ਆਉਂਦੇ ਭਾਂਡੇ, ਉਹਦੇ ਚ ਕੱਢਦੇ ਪਾਣੀ ਪਾਉਣ ਨਾਲ। ਹਾਂ, ਉਹਨਾਂ ਨੂੰ ਚ ਕੱਢ ਦਾਂਗੇ ਤੇ ਬਾਕੀ ਉਹਨਾਂ ਨੂੰ ਉੱਥੇ ਦੇ ਦਾਂਗੇ ਅਸੀਂ। ਹਾਂਜੀ, ਲੱਡੂ ਸਮੋਸੇ ਉਹਨਾਂ ਨੂੰ ਦੇ ਦਾਂਗੇ। ਜਿਵੇਂ ਮਰਜ਼ੀ ਪਵਾ ਲੈਣਾ, ਪੌਵੇਂ ਪਾ ਦਾਂਗੇ, ਜਿਵੇਂ ਭਾਂਡੇ ਹੈਗੇ ਇਹਨਾਂ ਕੋਲ। ਮੰਜੇ ਤੇ ਰੱਖ ਦੋ, ਮੈਂ ਇੱਥੇ ਪਾ ਦਿੰਦੀ ਹਾਂ ਸਾਰੇ ਭਾਂਡਿਆਂ 'ਚ। ਪੂਰਾ ਠੰਡਾ ਪਵਨ? ਪੂਰਾ ਖੰਡ ਵੀ ਪੂਰੀ ਪਾਈ, ਮਿੱਠਾ ਵਾਵਾ ਪੀਂਦੇ ਆ, ਤੇ ਮਿੱਠਾ ਚਾਹ 'ਚ ਵੀ ਤੇਜ਼ ਪੀਂਦੇ ਆ, ਤੇ ਪਾਣੀ 'ਚ ਵੀ ਤੇਜ਼। ਮਿੱਠਾ ਸਹੀ ਹੈ ਨਾ, ਪੂਰਾ ਵਧੀਆ। ਪਾਵਾਂ ਤੁਹਾਨੂੰ? ਹਾਂ ਲੈਣਾ ਤੁਸੀਂ ਵੀਰੇ ਕਿਸੇ ਨੇ? ਬਸ ਦੋਸਤੋ, ਹੁਣ ਅਸੀਂ ਚੱਲਦੇ ਹਾਂ ਉੱਥੇ ਬਾਈ ਹੁਣਾਂ ਕੋਲੇ, ਤੇ ਉਹਨਾਂ ਨੂੰ ਖਵਾਉਣੇ ਛਕਾਉਣੇ ਆ ਚੱਲ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਪਹਿਲਾਂ ਤੁਸੀਂ ਫੇਸ ਨਹੀਂ ਆਪਦੇ ਜਿਹੜੇ ਢੱਕੇ ਹੋਏਗੇ ਤੇ ਸਾਫ ਹੀ ਬੰਨਿਓ ਗਰਮੀ ਤੋਂ। ਲਓ ਜੀ, ਤੇ ਪਹਿਲਾਂ ਜਲ ਛਕੋਗੇ? ਹੈਗੇ ਤੁਹਾਡੇ ਕੋਲ ਭਾਂਡੇ? ਇੱਥੇ ਇਹ ਤੁਹਾਨੂੰ ਲਿਆ ਕੇ ਦਿੱਤੇ, ਤੁਸੀਂ ਗਰਮੀ 'ਚ ਮੱਚਦੇ ਹੋ ਸਾਰੇ, ਉੱਥੇ ਬੀਬੀਆਂ ਨੂੰ ਦੇਖ ਕੇ ਆਏ ਹਾਂ ਤੇ ਸਾਫ਼ ਫੇਸ ਵਾਂਗੂ ਬੰਨੋ ਨਾ।
ਇਹ ਵੀ ਸਹੀ ਹੈ ਬਾਬਾ, ਸਿਰ ਤੇ ਬੰਨ ਲਵਾ, ਸਿਰ ਤੇ ਆ ਜਾਣਗੇ ਪੂਰੇ, ਛੋਟੇ ਤਾਂ ਨੀ ਬਸ। ਸਹੀ ਆ, ਲਓ ਵੀ ਬਾਬਾ ਤਾਂ ਜੈਂਟਲਮੈਨ ਬਣ ਗਏ ਆ ਤੇ ਇੱਕੋ ਜਿਹੇ। ਚਲੋ ਫੜਾ ਦੇ ਪਾਉਣ ਸਮੋਸੇ ਕੱਢੋ। ਹਾਂਜੀ ਤੁਸੀਂ ਉਹ ਤੇ ਸ਼ਾਮੇ ਬਹਿ ਕੇ ਖਾ ਲਓ, ਸ਼ਾਮੇ ਬਹਿ ਕੇ ਖਾ ਲਿਓ ਤੁਸੀਂ ਬਸ। ਹੁਣੇ ਫਿਰ ਗਰਮ ਹੋ ਜਾਊਗਾ, ਸੱਤਾ ਹੋ ਜਾਊਗਾ, ਪਾਣੀ ਰੱਜ ਕੇ ਪੀ ਲਿਓ ਤੇ ਆਲੂ ਲੱਡੂ ਖਾ ਲਿਓ ਨਾਲੇ ਸਮੋਸੇ। ਹੁਣੇ ਉਹ ਤੇ ਸ਼ਾਮੇ ਬਹਿ ਕੇ ਖਾ ਲਓ। ਠੀਕ ਹੈ ਚਲੋ ਬਾਬਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਤੁਹਾਡੇ ਕਰਕੇ ਅਸੀਂ ਆ, ਕਿਉਂਕਿ ਜੇ ਤੁਸੀਂ ਝੋਨਾ ਨਾਲ ਲਾਓ ਤਾਂ ਅਸੀਂ ਕਿਹਦੇ ਵੱਲ ਮੂੰਹ ਵੇਖੀਏ। ਤੇ ਇਹ ਮਾੜੀ ਮੋਟੀ ਨਿੱਕੀ ਨਿੱਕੀ ਕੋਸ਼ਿਸ਼ ਅਸੀਂ ਕਰਦੇ ਰਹਿੰਦੇ ਹਾਂ। ਤੇ ਬਾਕੀ ਰਾਜ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਆਪਾਂ ਨੂੰ ਮਿਲਾਇਆ, ਡਾਕਟਰ ਰਾਜ ਨੇ, ਨਹੀਂ ਤਾਂ ਆਪਾਂ ਕਿੱਥੇ ਮੇਲ ਹੋਣੇ ਸੀ।